ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ। ਅਤੇ ਇਹ ਜਿਹੜੀ 36-35 ਅਤੇ 23-64 ਬਾਰੇ ਕੁਛ ਗੱਲਾਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ। ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਜੀ, ਕਨਫਰਮ ਹੋ ਗਿਆ ਹੋਣਾ ਹੈ ਕਿ 36-35 ਅਤੇ ਜਿਹੜੀ ਹੈ ਸਟੇ ਲੱਗ ਚੁੱਕੀ ਹੈ 11 ਨਵੰਬਰ ਤੱਕ। ਸੋ ਕਾਫੀ ਜਿਹੜੇ ਮੈਸੇਜ ਆ ਰਹੇ ਨੇ ਕਿ ਨਹੀਂ ਜੀ ਇਹ ਫੇਕ ਹੈ, ਫੇਕ ਹੈ, ਫੇਕ ਹੈ, ਇਹੀ ਮੈਸੇਜਸ ਜਿਹੜੇ ਹੈ ਜਿਹੜੇ ਗਰੁੱਪਾਂ ਦੇ ਵਿੱਚ ਵੀ ਘੁੰਮ ਰਹੇ ਹੈ। ਕਾਫੀ ਜਿਹੜੀ ਕਟਿੰਗਸ ਵਾਇਰਲ ਹੋ ਰਹੀਆਂ ਨੇ, ਕਾਫੀ ਕੁਝ ਜਿਹੜਾ ਚੱਲ ਰਿਹਾ ਜੀ, ਬਟ ਇਹ ਜਿਹੜੀ ਨਿਊਜ਼ ਹੈ ਕਨਫਰਮ ਹੈ ਕੋਰਟ ਵੱਲੋਂ ਕਿ ਜਿਹੜੀ ਸਟੇ ਹੈ 11 ਨਵੰਬਰ ਤੱਕ ਜਿਹੜੀ ਹੈ ਲੱਗ ਚੁੱਕੀ ਹੈ ਜੀ। ਅੱਜ ਦਾ ਜਿਹੜਾ ਮਰਜ਼ੀ ਅਖਬਾਰ ਤੁਸੀਂ ਚੱਕ ਕੇ ਵੇਖ ਲਓ, ਉਹਦੇ ਵਿੱਚ ਵੀ ਤੁਹਾਨੂੰ ਪਤਾ ਚੱਲ ਜਾਏਗਾ। ਸੋ ਇੱਥੇ ਗੱਲ ਤੁਹਾਡੇ ਨਾਲ ਕਰਾਂਗੇ ਕਿ ਜਿਹੜਾ ਸਟੇ ਔਰਡਰ ਤੁਸੀਂ ਕਹਿ ਰਹੇ ਹੋ, ਕਾਫੀ ਜਿਹੜੇ ਮੈਸੇਜ ਆ ਰਹੇ ਆ ਕਿ ਸਟੇ ਔਰਡਰ ਦਿਖਾਓ ਸਾਨੂੰ ਕਿੱਥੇ ਹੈ ਕੋਰਟ ਦਾ। ਸੋ ਸਟੇ ਔਰਡਰ ਦੀ ਗੱਲ ਤੁਹਾਡੇ ਨਾਲ ਕਰਾਂਗੇ ਇੱਕ। ਸੋ ਅਸੀਂ ਇੱਥੇ ਦੇਖੋ, ਸਭ ਤੋਂ ਪਹਿਲਾਂ ਇਹ ਗੱਲ ਜਿਹੜੀ ਹੈ ਸਮਝੋ ਕਿ ਜਿਹੜੀ ਇਹ ਸਟੇ ਲੱਗੀ ਹੈ ਇਹ ਕਿੱਦਾਂ ਲੱਗੀ ਹੈ ਜੀ। ਬੀ ਐਡ ਪਾਸ ਜਿਹੜੀ ਹੈ ਉਮੀਦਵਾਰਾਂ ਵੱਲੋਂ ਇਹ ਲਾਈ ਗਈ, ਅਤੇ ਕਿਸ ਰਿਗਾਰਡਿੰਗ? ਇੱਕ ਤਾਂ ਕੇਸ ਜਿਹੜਾ ਪਹਿਲਾਂ ਹੀ ਆਲਰੇਡੀ ਚੱਲਦਾ ਪਿਆ 36-35 'ਤੇ, ਜਿਹੜਾ ਪਹਿਲਾਂ ਤੋਂ ਹੀ ਆਲਰੇਡੀ ਜਿਹੜਾ ਚੱਲ ਰਿਹਾ, ਉਹਦੀ ਸੁਣਵਾਈ ਜਿਹੜੀ 11 ਨਵੰਬਰ ਪਹਿਲਾਂ ਤੋਂ ਹੀ ਡਿਕਲੇਅਰ ਕੀਤੀ ਗਈ ਸੀ। ਉਹ ਕੋਈ ਨਵੀਂ ਡੇਟ ਨਹੀਂ ਹੈ ਕਿ ਕੱਲ੍ਹ ਹੀ 11 ਨਵੰਬਰ ਪਾਈ ਗਈ ਹੈ, ਪਹਿਲਾਂ ਤੋਂ ਹੀ 11 ਨਵੰਬਰ ਉਹਦੀ ਚੱਲ ਰਹੀ ਹੈ ਡੇਟ, ਠੀਕ ਹੈ ਜੀ। ਸੋ ਪਹਿਲਾਂ ਤੋਂ ਹੀ ਜਿਹੜੀ ਹੈ ਉਹ ਡੇਟ ਕਨਫਰਮ ਹੈ। ਅਤੇ ਜਿਹੜੀ ਬੀ ਐਡ ਪਾਸ ਵੱਲੋਂ ਬੀ ਐਡ ਯੂਨੀਅਨ ਵੱਲੋਂ ਕੀ ਕਿਹਾ ਗਿਆ, ਜਿਹੜੀ ਉਹਨਾਂ ਨੇ ਯਾਚਿਕਾ ਦਾਇਰ ਕੀਤੀ ਹੈ ਕਿ ਜਿਹੜਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਟੀਚਰ ਗਾਈਡਿੰਗ ਗਰੁੱਪ ਸੀ ਸਰਵਿਸ ਫਸਟ ਅਮੈਂਡਮੈਂਟ ਜਿਹੜਾ ਐਕਟ ਹੈ ਉਹਦੇ ਰੂਲ 2021 ਨੂੰ ਜਿਹੜੀ ਹੈ ਉਹਦੇ ਅਮੈਂਡਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਚੁਣੌਤੀ ਦਿੱਤੀ ਗਈ ਹੈ ਇਹਦੇ ਵਿੱਚ ਯਾਚਿਕਾ 'ਚ। ਅਤੇ ਇਹ NCTE ਦੀ ਜਿਹੜੀ 28 ਜੂਨ ਜਿਹੜੀ 2018 ਦੀ ਜਿਹੜੀ ਅਧਿਸੂਚਨਾ ਉਹਦੇ ਇਹ ਅਗੇਂਸਟ ਹੈ, ਠੀਕ ਹੈ ਜੀ। ਸੋ ਇਹਦੇ ਰਿਗਾਰਡਿੰਗ ਜਿਹੜੀ ਹੈ ਇਹ ਯਾਚਿਕਾ ਲਾਈ ਗਈ ਸੀ। ਸੋ ਇੱਥੇ ਜਿਹੜੇ ਮਾਣਯੋਗ ਜੱਜ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਠੀਕ ਹੈ ਜਿਹੜੀ 11 ਨਵੰਬਰ, ਕਿਉਂਕਿ ਪਹਿਲੇ ਹੀ ਕੇਸ ਤਾਂ ਪਹਿਲੇ ਹੀ ਲੱਗਿਆ ਹੋਇਆ, ਸੋ ਅਲੱਗ ਤੋਂ ਜਿਹੜਾ ਕੇਸ ਇੱਥੇ ਫਾਈਲ ਨਹੀਂ ਕੀਤਾ ਗਿਆ, ਅਤੇ ਉਹਦੇ ਵਿੱਚ ਜਿਹੜਾ ਇਹ ਜਿਹੜਾ 11 ਨਵੰਬਰ ਜਿਹੜੀ ਡੇਟ ਪਹਿਲੇ ਹੀ ਚੱਲ ਰਹੀ ਹੈ। ਸੋ ਇੱਥੇ ਜੱਜ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਇਹਦਾ ਕੋਈ ਵੱਖਰਾ ਜਿਹੜਾ ਆ ਕੋਈ ਸਟੇ ਔਰਡਰ ਇਹਦਾ ਨਹੀਂ ਕੱਢਿਆ ਆਪਣਾ ਜਾਊਗਾ। ਸੋ ਉਸੇ ਜਿਹੜੀ 11 ਨਵੰਬਰ ਤੱਕ ਇਹਦੇ ਰੋਕ ਫਿਲਹਾਲ ਲਗਾ ਦਿੱਤੀ ਹੈ, ਠੀਕ ਹੈ ਜੀ। ਜੈਸਾ ਵੱਲੋਂ ਕਿਹਾ ਗਿਆ ਸੀ ਕਿ ਰੋਕ ਅਸੀਂ ਲਗਾ ਰਹੇ ਹਾਂ 11 ਨਵੰਬਰ ਤੱਕ ਇਹਦੀ ਜਿਹੜੀ ਭਰਤੀ 'ਤੇ ਰੋਕ ਲੱਗ ਜਾਏਗੀ, ਪਰ ਜਿਹੜਾ ਆ ਜਿਹੜੀ ਪ੍ਰੋਸੈਸ ਹੈ ਭਰਤੀ ਦਾ ਉਹ ਨਹੀਂ ਰੁਕੂਗਾ, ਪ੍ਰੋਸੈਸ ਚੱਲੂਗਾ, ਤੁਹਾਡੀ ਸਕਰੂਟਨੀ ਹੋਏਗੀ, ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਵਗੈਰਾ ਸਭ ਕੁਝ ਤੁਹਾਡਾ ਹੋਏਗਾ, ਆਫਰ ਲੈਟਰ ਤੁਹਾਡੇ ਹੱਥ ਨਹੀਂ ਆਉਣਾ, ਤੁਹਾਡੀ ਜੁਆਇਨਿੰਗ ਨਹੀਂ ਹੋਏਗੀ ਜਦੋਂ ਤੱਕ ਇਹ ਮਸਲਾ ਜਿਹੜਾ ਹੈ ਇਹ ਕਲੀਅਰ ਨਹੀਂ ਹੁੰਦਾ ਹਾਈ ਕੋਰਟ ਵੱਲੋਂ, ਠੀਕ ਹੈ ਜੀ। ਇਹ ਗੱਲ ਜਿਹੜੀ ਹੈ ਕੱਲ੍ਹ ਆਪਣੇ ਕੋਰਟ ਦੇ ਵਿੱਚ ਇਹ ਕਹੀ ਗਈ ਹੈ। ਸੋ ਵੱਖਰਾ ਜਿਹੜਾ ਕੋਈ ਕੇਸ ਇੱਦਾਂ ਫਾਈਲ ਨਹੀਂ ਕੀਤਾ ਗਿਆ ਸਟੇ ਲਾਉਣ ਲਈ, ਸਟੇ ਇਹਦੇ ਵਿੱਚ ਹੀ ਲੱਗੀ ਹੈ। ਸੋ 11 ਨਵੰਬਰ ਨੂੰ ਇਹਦਾ ਹੀ ਪਤਾ ਲੱਗ ਜਾਏਗਾ ਸਟੇ ਟੁੱਟਦੀ ਹੈ ਨਹੀਂ ਟੁੱਟਦੀ, ਜਿਹੜੀ ਸੁਣਵਾਈ ਹੈ 11 ਨਵੰਬਰ ਨੂੰ ਉਹਦੇ 'ਚ ਤੁਹਾਨੂੰ ਅਗਲੀ ਜਿਹੜੀ ਅਪਡੇਟ ਹੈ ਤੁਹਾਨੂੰ ਇੱਥੇ ਮਿਲ ਜਾਏਗੀ। ਸੋ ਇਹ ਇੱਕ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ, ਦੂਜੀ ਗੱਲ ਇਹ ਜਿਹੜੀ 2364 ਦੀ ਹੈ ਕਿ ਉਹਦੀ ਤੁਹਾਨੂੰ ਪਤਾ ਹੀ ਕੇਸ ਰਿਜ਼ਰਵ ਰੱਖਿਆ ਹੋਇਆ, ਉਹਦਾ ਕੁਛ ਦਿਨਾਂ ਵਿੱਚ ਵੀ ਜਿਹੜਾ ਫੈਸਲਾ ਉਹਦਾ ਆ ਸਕਦਾ ਹੈ ਜੀ। ਸੋ ਉਹਦੀ ਵੀ ਤੁਸੀਂ ਜਿਹੜੀ ਹੈ ਵੇਟ ਕਰੋ। ਸੋ ਯੂਨੀਅਨ ਦਾ ਇੱਥੇ ਵੱਧ ਤੋਂ ਵੱਧ ਸਾਥ ਦਿਓ, ਜਿਹੜੇ ਕਹਿ ਰਹੇ ਆ ਕਿ ਯੂਨੀਅਨ ਵੱਲੋਂ ਜਿਹੜੀ ਆ ਕੁਛ ਅੜਚਣ ਪਾਈ ਜਾ ਰਹੀ ਹੈ, ਇੱਦਾਂ ਦਾ ਕੁਛ ਵੀ ਨਹੀਂ ਹੈ, ਯੂਨੀਅਨ ਤੋੜਨ ਵਾਲੀਆਂ ਗੱਲਾਂ ਨੇ ਸਾਰੀਆਂ। ਸੋ ਯੂਨੀਅਨ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਹੀ ਇਹ ਭਰਤੀਆਂ ਜਿਹੜੀਆਂ ਨੇ ਕੰਪਲੀਟ ਹੋਣਗੀਆਂ, ਪੂਰੀਆਂ ਹੋਣਗੀਆਂ। ਕਾਫੀ ਸੰਘਰਸ਼ ਤੋਂ ਬਾਅਦ ਇਹ ਭਰਤੀਆਂ ਨਿਕਲੀਆਂ ਸੀ, ਸੋ ਹੁਣ ਜਿਹੜੀ ਕੰਪਲੀਟ ਹੋਣਗੀਆਂ ਉਹ ਵੀ ਕਾਫੀ ਸੰਘਰਸ਼ ਦੇ ਬਾਅਦ ਹੀ ਇਹ ਜਿਹੜੀ ਭਰਤੀਆਂ ਨੇ ਪੂਰੀਆਂ ਵੀ ਹੋਣਗੀਆਂ। ਸੋ ਯੂਨੀਅਨ ਦਾ ਜਿਹੜਾ ਸਾਥ ਦਿੱਤਾ ਜਾਵੇ ਜੀ। ਸੋ ਇਹ ਜਿਹੜੀ ਨਿਊਜ਼ ਹੈ ਇਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਹ ਕਨਫਰਮ ਹੈਗੀ ਆ, ਜਿਹੜੇ ਮੈਸੇਜਸ ਕਰ ਰਹੇ ਆ ਉਹ ਉਹਨਾਂ ਨੂੰ ਇਹ ਦੱਸ ਦਈਏ ਕਿ ਇਹ ਜਿਹੜੀ ਹੈ ਸਟੇ ਲੱਗੀ ਹੈ 11 ਨਵੰਬਰ ਤੱਕ, ਅਤੇ 11 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦੀ ਨੈਕਸਟ ਅਪਡੇਟ ਹੈ ਜੀ। ਜੋ ਵੀ ਅੱਗੇ ਦੀ ਕੋਈ ਕਾਰਵਾਈ ਹੋਏਗੀ ਤੁਹਾਨੂੰ 11 ਤਰੀਕ ਨੂੰ ਪਤਾ ਲੱਗ ਜਾਏਗਾ। ਸੋ ਸਟੇ ਇਹਦੀ ਫਿਲਹਾਲ ਲਾਈ ਗਈ ਹੈ, ਪਰ ਵਿਭਾਗ ਨੂੰ ਵਿਭਾਗ ਦਾ ਇੱਥੇ ਕੀ ਰਿਐਕਸ਼ਨ ਹੈ, ਵਿਭਾਗ ਨੇ ਇਹ ਕਿਹਾ ਕਿ ਸਾਡੇ ਕੋਲ ਕੋਈ ਲਿਖਤੀ ਔਰਡਰ ਤਾਂ ਨਹੀਂ ਆਇਆ, ਬਟ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਚੱਲਦਾ ਰੱਖੋ, ਯਾਨੀ ਕਿ ਤੁਹਾਡੀ ਸਕਰੂਟਨੀ 'ਤੇ ਕੋਈ ਅਸਰ ਨਹੀਂ ਪਊਗਾ, ਅਤੇ ਜਲਦੀ ਤੁਹਾਡੀ ਜਿਹੜੀ ਰਿਜ਼ਲਟ ਹੈ ਸਕਰੂਟਨੀ ਲਿਸਟ ਹੈ ਉਹ ਜਲਦੀ ਜਿਹੜੀ ਹੈ ਜਾਰੀ ਕੀਤੀ ਜਾਏਗੀ। ਸੋ ਜਿਹੜੀ ਜਿਹੜਾ ਫਾਈਨਲ ਪ੍ਰੋਸੈਸ ਹੋਏਗਾ ਉਹਦੇ 'ਤੇ ਜ਼ਰੂਰ ਅੜਚਣ ਲੱਗੇਗੀ, ਜਿਹੜੀ ਜੁਆਇਨਿੰਗ ਹੈ ਆਪਣੀ ਉਹਦੇ 'ਤੇ ਜਿਹੜੀ ਹੈ ਉਹ ਨਹੀਂ ਹੋ ਸਕੇਗੀ ਜਦੋਂ ਤੱਕ ਇਹ ਜਿਹੜਾ ਮਸਲਾ ਕੋਰਟ ਵੱਲੋਂ ਕਲੀਅਰ ਨਹੀਂ ਹੋਏਗਾ, ਉਦੋਂ ਤੱਕ ਆਫਰ ਲੈਟਰ ਤੁਹਾਡੇ ਹੱਥ ਨਹੀਂ ਆਉਣਗੇ। ਸੋ ਇਹ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਥੈਂਕ ਯੂ ਜੀ ਵੀਡੀਓ ਨੂੰ ਵੇਖਣ ਦੇ ਲਈ।